ਯਾਰ ਮੇਰਾ ਨਾ ਮੇਰੇ ਹੈੱਡਫੋਨ ਬੰਦ ਹੋ ਗਏ ਐਂਡ ਮੈਂ ਧੁੱਪ ਚਾਲੂ ਹੋ ਗਈ, 80 ਕਿਲੋਮੀਟਰ ਰਹਿ ਗਿਆ, ਸੈਲਾਂ ਮਾਰਾਂਗੇ 15-20 ਮਿੰਟ ਤੱਕ ਗੱਪਾ ਛੱਕ ਕੇ ਮਿਲਦਾ ਹੈ ਟੈਂਟਣ ਪਹੁੰਚ ਗਏ ਜੀ ਆਪਾਂ ਗੁਰਦੁਆਰਾ ਬੰਗਲਾ ਸਾਹਿਬ ਪਾਰਕਿੰਗ 'ਚ। ਵਾਹਿਗੁਰੂ ਜੀ ਕੀ ਫਤਿਹ ਜੀ, ਕੀ ਹਾਲ ਚਾਲ ਖੋਜੋ। ਅਤੇ ਅੱਜ ਹੋ ਗਿਆ ਆਪਣਾ ਤੀਸਰਾ ਦਿਨ ਟਰੈਵਲਿੰਗ ਦਾ, ਨੰਦੇੜ ਟੂ ਭੋਪਾਲ, ਭੋਪਾਲ ਟੂ ਗਵਾਲੀਅਰ, ਅਤੇ ਹੁਣ ਆਪਾਂ ਗਵਾਲੀਅਰ ਤੋਂ ਚੱਲੇ ਹਾਂ ਢਿੱਲੀ ਵੱਲ। ਅਤੇ ਅੰਮ੍ਰਿਤ ਵੇਲੇ ਦੇ ਹੋਏ ਆ, 4:00 ਵਜੇ ਆ। ਅਤੇ ਸਮਾਨ ਆਪਾਂ ਪੂਰਾ ਚੱਕਦਾ, ਸਮਾਨ ਪੈਕ ਕਰਕੇ ਮੋਟਰਸਾਈਕਲ 'ਤੇ ਵੱਡਾ ਇੱਕ ਬੈਗ 'ਤੇ ਬੰਨ ਆਇਆ ਵਾ। ਕੱਲ੍ਹ ਬੈਗ ਬਹੁਤ ਤੰਗ ਕੀਤਾ, ਬੈਗ ਨੇ ਹਿੱਲਦਾ ਸੀ, ਇੱਕ ਸਾਈਡ ਤੋਂ ਥੱਲੇ ਆ ਰਿਹਾ ਸੀ, ਵਾਰ ਵਾਰ ਰੋਕਣਾ ਪਿਆ 5-6 ਵਾਰ। ਅਤੇ ਫਿਲਹਾਲ ਤਾਂ ਅੱਜ ਮੈਂ ਵਧੀਆ ਬੰਨਤਾ ਵਾ, ਬਾਕੀ ਦੇਖੋ ਰਾਹ 'ਚ ਪਤਾ ਲੱਗੂ। ਅਤੇ ਇੱਥੇ ਨਾ ਇੱਥੇ ਦਾ ਪਾਣੀ ਪਤਾ ਕਿਵੇਂ ਆ, ਆਹ ਖਾਸ ਕਰ ਗੁਰਦੁਆਰੇ ਸਾਹਿਬ ਦਾ ਪਤਾ ਨਹੀਂ ਪੱਥਰੀਲਾ ਜਿਹਾ ਨਾ, ਭਾਰਾ ਜਿਹਾ ਪਾਣੀ ਆ, ਜੋ ਕਿ ਪੀ ਕੇ ਵੀ ਇੱਕ ਤਾਂ ਨਹੀਂ ਪਿਆਸ ਨਹੀਂ ਬੁੱਝਦੀ, ਅਤੇ ਪਤਾ ਨਹੀਂ ਕਿਵੇਂ ਦਾ। ਹੁਣ ਮੈਨੂੰ ਇਹ ਵੀ ਬਾਹਰ ਦੁਕਾਨ ਇੱਕ ਅੱਧੀ ਖੁੱਲ੍ਹੀ ਹੋਵੇ ਜਿੱਥੋਂ ਇੱਕ ਬੋਤਲ ਪਾਣੀ ਦੀ ਲਵਾਂ ਤਾਂ ਸਾਰੀ ਪੀ ਜਾਂ, ਪੂਰਾ ਲੀਟਰ ਹੀ ਪੀ ਜਾਂ, ਇੰਨੀ ਤੇਹ ਲੱਗ ਰਹੀ ਆ। ਆ ਕੂਲਰ 'ਤੇ ਹੀ ਪਰ ਗੱਲ ਜਿਹੀ ਨਹੀਂ ਬਣੀ, ਕੱਚੀ ਜਿਹੀ ਨੀਂਦ ਰਹੀ। ਤਾਂ ਹੁਣ ਆਪਾਂ ਨੂੰ ਇਹ ਆ, ਜਿਵੇਂ ਪਹਿਲੇ ਦਿਨ ਆਪਣਾ 600 ਸੀ, ਫਿਰ ਕੱਲ੍ਹ 450 ਹੋ ਗਿਆ, 460 ਕੁਛ, ਅਤੇ ਅੱਜ ਵਾ 350 ਕਿਲੋਮੀਟਰ। ਅਤੇ ਆਪਾਂ ਉਹੀ ਆ, 5-5 ਵਜੇ ਦੇ ਗੇਟ 'ਤੇ ਨਿਕਲ ਜਾਣਾ ਆਪਾਂ, ਅਤੇ 12 ਵਜੇ ਤੱਕ ਪਹੁੰਚ ਜਾਣਾ, ਸਿੱਧਾ ਸ਼ੀਸ਼ਗੰਜ ਸਾਹਿਬ ਜਾਵਾਂਗੇ। ਅਤੇ ਬਾਕੀ ਠੀਕ ਆ, ਥੱਲੇ ਜਾ ਕੇ ਹੁਣ ਚਾਬੀ ਮੋੜਨੀ ਹੈ, ਚਾਬੀ ਦੇ ਕੇ ਅਤੇ ਇੱਥੋਂ ਕਿਤੋਂ ਜਲ ਛੱਕ ਕੇ ਬਾਹਰੋਂ, ਅਤੇ ਫਿਰ ਸਿੱਧਾ ਚਾਲਾ ਮਾਰਾਂਗੇ, ਚਾਬੀ ਫੜਾ ਕੇ ਮੋਟਰਸਾਈਕਲ ਲੈ ਜਾਣਾ, ਅੱਗੇ ਨਿਕਲ ਜਾਣਾ, ਉੱਥੋਂ ਹੀ ਦਰਬਾਰ ਸਾਹਿਬ ਨੂੰ ਬਾਹਰੋਂ ਨਮਸਕਾਰ ਕਰ ਦੇਣਾ, ਕਿਉਂਕਿ ਇਸ਼ਨਾਨ ਪਾਣਾ ਆਪਾਂ ਕੀਤਾ ਨਹੀਂ ਆ, ਇਸ਼ਨਾਨ ਪਾਣਾ ਆਪਾਂ ਜਾ ਕੇ ਕਰਨਾ ਦਿੱਲੀ। ਚੱਲ ਲਿਆ ਆਪਣੇ ਇੱਥੇ ਸਾਈਡ 'ਤੇ ਬੁੱਧ ਦੀਆਂ ਬੜੀਆਂ ਮੂਰਤੀਆਂ ਵੱਡੀਆਂ ਵੱਡੀਆਂ, ਅਤੇ ਮੁਗਲਾਂ ਨੇ ਤੋੜ ਵੀ ਦਿੱਤੀਆਂ ਹੈ। ਸਵੇਰੇ ਸਵੇਰੇ ਇੱਥੇ ਲੋਕ ਜੋਗਿੰਗ ਕਰਨ ਆਉਂਦੇ, ਚੜ੍ਹਾਈ ਆ ਨਾ, ਚੜ੍ਹਾਈ ਹੈ, ਅੱਗ ਲਈ ਹੈ। ਇੱਕ ਹੋਰ ਚੱਕਰ ਇਹ ਪੈ ਗਿਆ, ਮੈਂ ਕਹਿੰਦੀ ਹਾਂ ਇਹ ਗੱਲ, ਗਵਾਲੀਅਰ ਤੋਂ ਬਾਹਰ ਨਿਕਲ ਰਹੇ ਹਾਂ ਜੀ। ਅਤੇ ਚੱਕਰ ਇਹ ਆ, ਮੇਰਾ ਨਾ ਮੇਰੇ ਹੈੱਡਫੋਨ ਬੰਦ ਹੋ ਗਏ ਐਂਡ ਮੈਂ ਹੈੱਡਫੋਨ ਚਾਰਜ ਨਹੀਂ ਕੀਤੇ, ਮੈਨੂੰ ਲੱਗਿਆ ਚਾਰਜ ਹੋਣੇ ਆ, ਨਿਕਲ ਹੀ ਜਾਣਾ ਇੰਨਾ ਕੀ ਟਾਈਮ, ਬਿਲਕੁਲ ਹੀ 0 ਪਏ ਆ। ਅਤੇ
ਜਿਹੜਾ ਗੂਗਲ ਡਾਇਰੈਕਸ਼ਨ ਹੈਡਫੋਨ 'ਚ ਵਧੀਆ ਪਤਾ ਲੱਗ ਜਾਂਦੀਆਂ, ਹੁਣ ਫੋਨ ਦੱਸਣ 'ਤੇ ਦਿਆਂ ਪਰ ਪਤਾ ਨਹੀਂ ਲੱਗ ਰਿਹਾ, ਕਈ ਵਾਰ ਰੁਕਣਾ ਪੈ ਰਿਹਾ ਅਤੇ ਆਪ ਗੂਗਲ ਖੋਲ੍ਹ ਕੇ ਫਿਰ ਦੇਖਣਾ ਪੈ ਰਿਹਾ ਕਿੱਧਰ ਜਾਣਾ। ਅਤੇ ਹੁਣ ਮੇਰਾ ਇਹ ਆ ਵੀ ਕਿਤੇ ਮੈਂ ਰੈਸਟੋਰੈਂਟ ਜਾਂ ਕੋਈ ਹੋਵੇ ਹਾਈਵੇ ਦੇ ਉੱਤੇ, ਅਤੇ ਉੱਥੇ ਮੈਂ ਹੈਡਫੋਨ ਚਾਰਜ ਕਰਾਂ ਆਪਣਾ, ਕੋਈ ਗਿਆ ਹੈਡਫੋਨ ਚਾਰਜ ਕਰਾਂ ਅਤੇ ਕੌਫੀ ਵਗੈਰਾ ਪੀ ਲੂੰਗਾ, ਉਹਦੇ ਨਾਲ ਸੌਖਾ ਹੋ ਜਾਂਦਾ ਹੈਡਫੋਨ ਲੱਗੇ ਹੋਣ, ਬੰਦੇ ਨੂੰ ਰੁਕਣ ਦੀ ਲੋੜ ਨਹੀਂ ਪੈਂਦੀ ਵਾਰ ਵਾਰ। ਅਤੇ ਬਾਕੀ ਦੇਖਦੇ ਹਾਂ ਇਹ ਕਿੱਥੇ ਬੁੱਢੇ ਦਲ ਦੀ ਵਿਛਾਉਣੀ ਆ, ਪਤਾ ਨਹੀਂ ਕਿੱਥੇ ਆ, ਪਰ ਇੱਕ ਤਾਂ ਆ ਇਹਦੀ ਮਾਈਕ ਦਾ ਕਵਰ ਕੀ ਕਹਿੰਦੇ ਡਿੱਗ ਗਿਆ, ਜਿਹੜਾ ਹੁੰਦਾ ਉਹ ਸਪੰਚ ਜੇ ਵਾਲਾ ਕੀ ਵੱਜਦੇ ਵਾਰ ਵਾਰ, ਅਤੇ ਉਹਦੇ ਕਰਕੇ ਹੁਣ ਮੈਨੂੰ ਇਹ ਵੀ ਨਹੀਂ ਪਤਾ ਲੱਗਣ ਦਿਆ ਕਿ ਜਿਹੜੀ ਆਡੀਓ ਕੁਆਲਿਟੀ ਕਿਹੋ ਜਿਹੀ ਆ ਰਹੀ ਆ, ਪਤਾ ਨਹੀਂ ਉਹ ਗੱਲ ਜੋ ਮੈਂ ਕਰ ਰਿਹਾ ਉਹ ਵੀਡੀਓ ਦੇ ਵਿੱਚ ਸੁਣ ਵੀ ਰਹੀ ਆ ਕਿ ਨਹੀਂ। ਹੁਣ ਅਤੇ ਹੁਣ ਜਾ ਕੇ ਆਈਪੈਡ 'ਚ ਪਾਊਂਗਾ ਸਾਰੀਆਂ ਚੀਜ਼ਾਂ, ਫਿਰ ਪਤਾ ਲੱਗੂ। ਅਤੇ ਮੈਨੂੰ ਇਹ ਵੀ ਨਹੀਂ ਪਤਾ ਕਿ ਆਹ ਜਿਹੜਾ ਇਕੱਲਾ ਸਪੰਚ ਜਿਹਾ ਹੁੰਦਾ ਉਸਦੇ ਦਾ ਕਵਰ ਇਕੱਲਾ ਵੀ ਮਿਲ ਜਾਂਦਾ ਕਿ ਨਹੀਂ ਮਾਈਕ ਦਾ, ਮਿਲ ਵੀ ਜਾਵੇ ਤੁਸੀਂ ਜੇ ਮਿਲ ਜੇ ਤਾਂ ਵਧੀਆ ਵਾ, ਮੇਰਾ ਕੰਮ ਸਰ ਜਾਣਾ, ਨਹੀਂ ਤਾਂ ਚੱਲਦੇ ਇਹਦੇ ਵਿੱਚ ਹੁਣ ਕਚਰਾ ਵੀ ਕਿੰਨਾ ਜਾਊਗਾ ਇਹਦੇ ਵਿੱਚ, ਕਚਰਾ ਜਾਣਾ ਉਹਦੇ ਵਿੱਚ ਅਤੇ ਉਹ ਬੜਾ ਚੀਜ਼ ਰੋਕਦਾ ਸੀ, ਉਰਾਂ ਪਰਾਂ ਦੀ ਆਵਾਜ਼ ਜਿਹੜੀ ਖਰਾਬ ਹੁੰਦੀ ਆ ਉਹ ਵੀ ਸਾਫ਼ ਕਰਕੇ ਭੇਜਦਾ ਜੀ, ਕਚਰਾ ਇੰਨਾ ਹੀ ਜਾਣ ਦਿਆ। ਚਲੋ ਦੇਖਦੇ ਕੀ ਕਰਦਾ, ਹਨੇਰਾ ਕਰਕੇ ਐਨਕਾਂ ਨਹੀਂ ਲਾਈਆਂ ਅਤੇ ਅੱਖ 'ਚ ਪਤਾ ਨਹੀਂ ਮੱਛਰ ਚਲੇ ਗਿਆ ਕੀ ਹੋ ਗਿਆ, ਫਿਰ ਐਨਕਾਂ ਲਾਓ ਅਜੇ ਹਨੇਰਾ ਜਿਹਾ ਲੱਗਣ ਦਿਆ, ਕੋਈ ਢਾਬਾ ਜਿਹਾ ਆਵੇ ਹੈਡਫੋਨ ਚਾਰਜ ਕਰੀਏ ਕੌਫੀ ਪੀ ਲਈਏ। ਅੱਜ ਵੈਸੇ 320 ਕੁ ਕਿਲੋਮੀਟਰ ਆ, ਅੱਜ ਆਪਾਂ ਜਾਣਾ ਸਿੱਧਾ ਸ਼ੀਸ਼ਗੰਜ ਸਾਹਿਬ, ਅਤੇ ਵੀਹ ਤਾਂ ਮੈਂ ਟਾਫੀ ਗਿਆ ਹੋਣਾ, ਹੁਣ ਤੱਕ 300 ਰਹਿ ਗਿਆ, 300 'ਚ ਮੈਂ ਸਹੀ ਮਿਹਨਤ ਖਿੱਚੀ ਜਾਵਾਂ ਅਤੇ ਹੋ ਜਾਣਾ, ਕੋਈ ਇੱਡੀ ਗੱਲ ਨਹੀਂ, ਮਤਲਬ 11-12 ਵਜੇ ਤੋਂ ਲੇਟ ਵੀ ਹੁੰਦਾ ਅੱਜ ਆਰਾਮ ਨਾਲ ਵੀ ਜਾਵਾਂ ਤਾਂ ਵੀ ਮੈਂ 11-12 ਵਜੇ ਤੱਕ ਪਹੁੰਚ ਹੀ ਜਾਣਾ। ਇੱਥੇ ਹੁਣ ਠੰਡ ਲੱਗਣ ਦਈ ਆ, ਪਤਾ ਨਹੀਂ ਕੀ ਚੱਕਰ ਆ, ਅਜੇ ਤਾਂ ਸਿਟੀ ਤੋਂ ਬਾਹਰ ਨਹੀਂ ਆਏ ਤਾਂ ਵੀ ਠੰਡ ਲੱਗਣੀ ਚਾਲੂ ਹੋ ਗਈ, 9 ਵਜੇ ਤੱਕ ਐਂ ਮਿੱਠਾ ਮਿੱਠਾ ਨਿਕਲ ਜਾਏ ਠੰਡਾ ਠੰਡਾ ਤਾਂ ਵੀ ਵਧੀਆ। ਇੱਕ ਹੁਣ ਐਨਕ ਲਾ ਲਈ, ਹੁਣ ਹੌਲੀ ਦਲਾ ਦਿਖਾਉਂਦੇ ਸਾਫ ਨਹੀਂ ਦਿਖਾਉਂਦੇ ਕੰਗੇ ਕਾਲਾ, ਜੇ ਨਹੀਂ ਲਾਈਏ ਤਾਂ ਮੱਛਰ ਜਾਂਦਾ, ਤਾਂ ਮੈਂ ਹੌਲੀ ਹੌਲੀ ਤੁਰਿਆ ਆਰਾਮ ਆਰਾਮ ਨਾਲ, ਬਸ ਢਾਬਾ ਨਹੀਂ ਆ ਰਿਹਾ ਬਾਕੀ ਸਭ ਆਈ ਜਾਂਦਾ। ਪੰਪ ਵੀ ਮੇਰੇ ਤੇਲ ਹੈ ਥੋੜ੍ਹਾ ਵੈਸੇ, ਮੈਨੂੰ ਢਾਬਾ ਚਾਹੀਦਾ, ਢਾਬਾ ਆ ਜੇ ਕੋਈ ਰੈਸਟੋਰੈਂਟ ਆ ਜੇ ਹੈਡਫੋਨ ਚਾਰਜ ਕਰ ਲਈਏ, ਕਿਉਂਕਿ ਜਾ ਕੇ ਫਿਰ ਪਰੇਸ਼ਾਨੀ ਹੁੰਦੀ ਹੈ, ਨਾਲੇ ਬੰਦਾ ਕੋਈ ਨਾ ਕੋਈ ਸੁਣਦੇ ਸੁਣਦੇ ਚਲ ਜਾਂਦਾ, ਪਾਣੀ ਲਾ ਲਈ, ਫੋਨ ਲਾ ਲਿਆ, ਆਪਾਂ ਗਾਣੇ ਲਾ ਲਏ, ਕਥਾ ਲਾ ਲਈ, ਆਗਰਾ ਧੌਲਪੁਰ ਮੋਰੇਨਾ ਝਾਂਸੀ ਕੇ ਲਈ ਯੂ ਟਰਨ, ਡਾਬਾ 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 ਡਾਬਾ। ਧੁੱਪ ਚਾਲੂ ਹੋ ਗਈ ਅਤੇ ਜੇ ਟਾਈਮ ਮੇਰੇ ਖਿਆਲ 7:15 ਹੋਏ 7:30 ਅਤੇ ਧੁੱਪ ਚਾਲੂ,
ਬਹੁਤ ਗਰਮੀ ਗਰਮੀ ਚਾਲੂ ਹੋ ਗਈ। ਹੇ ਰੱਬਾ, ਮੈਂ ਆਗਰਾ ਟੱਪਿਆ, ਜਸਟ ਆਗਰਾ ਟੱਪਿਆ ਨਹੀਂ ਅਜੇ, ਆਗਰਾ ਬਾਈਪਾਸ 'ਤੇ ਆ। ਆਗਰਾ ਟੱਪ ਗਿਆ, ਮਥੁਰਾ ਦਿੱਲੀ ਸਿੱਧਾ, ਉੱਥੇ ਤੱਕ ਦੇਖਦੇ ਹਾਂ। ਇੱਥੇ ਢਾਬੇ ਜਿਹੇ 'ਤੇ ਰੁਕਿਆ ਸੀ ਮਾੜਾ ਜਿਹਾ, ਕਾਲੇ ਕਰੇ ਦਾ। ਅਰੇ ਬਾਬਾ ਜੀ, ਆਪ ਜਮਦੂਤ ਪਿਆ ਹੈ, ਜਮਦੂਤ ਪਿਆ ਹੈ। ਮੋਗਾ ਪੰਜਾਬੀ ਢਾਬੇ 'ਤੇ ਅਸੀਂ, ਮਤਲਬ ਮੈਂ 1.25 ਲੱਖ ਹੀ ਹਾਂ, ਅਤੇ ਰਾਤ ਯਾਰ ਪ੍ਰਸ਼ਾਦਾ ਨਹੀਂ ਛਕਿਆ ਚੱਜ ਨਾਲ, ਭੁੱਖ ਬਹੁਤ ਲੱਗਣ ਦੀ ਸੀ, 10 ਵੱਜ ਗਏ ਆ। ਮੈਂ ਯਾਰ ਪ੍ਰਸ਼ਾਦਾ ਛਕੀ, ਦਿੱਲੀ ਅਜੇ ਹੈ ਇੱਥੋਂ 80 ਕਿਲੋਮੀਟਰ, ਪ੍ਰਸ਼ਾਦਾ ਛੱਕ ਕੇ ਫਿਰ ਨਿਕਲਾਂਗੇ, ਘੰਟੇ ਡੇਢ 'ਚ ਪਹੁੰਚ ਜਾਣਾ ਉਹ ਢਾਬਾ। ਅਤੇ ਫਿਰ ਦੱਸਦੇ ਕੀ ਪ੍ਰੋਗਰਾਮ, ਜਾਣਾ 80 ਕਿਲੋਮੀਟਰ ਰਹਿ ਗਿਆ, ਛਾਲਾ ਮਾਰਾਂਗੇ 15-20 ਮਿੰਟ ਤੱਕ, ਗੱਪਾ ਛੱਕ ਕੇ, ਗੱਪਾ ਛੱਕ ਕੇ 10-15 ਮਿੰਟ ਰੈਸਟ ਕਰਕੇ ਇੱਕ ਕੌਫੀ ਪੀ ਕੇ ਫਿਰ ਓਕਾ ਜੀ। ਜਦੋਂ ਆਪਾਂ ਐਂ ਲੈਟ ਨਹੀਂ ਸੀ ਆਪਣੇ ਫੌਜਾਂ ਦੇ ਆਉਂਦੇ ਲੈਟ ਆ ਗਏ, ਪਿੱਛੇ ਮੈਂ ਗੜ੍ਹ ਤੋੜਨ ਆਇਆ, ਐਂ ਆਪਾਂ ਨੂੰ ਕੀ ਮਿਲਦਾ ਹੈ, ਟੈਂਟਣ ਕਿਉਂ ਹੈਗਾ ਨਾ, ਮੋਗੇ ਵਾਲਿਆਂ ਦਾ ਢਾਬਾ, ਇਹ ਨਿਸ਼ਾਨੀ ਆ ਵੀ ਪੰਜਾਬ ਵਾਲਿਆਂ ਦਾ ਢਾਬਾ ਵਾ। ਗਰਮੀ ਹੋ ਗਈ ਬਹੁਤ ਜ਼ਿਆਦਾ, ਕੌਫੀ ਬਹੁਤ ਸਿਰਾ ਸੀ ਇੱਥੇ, ਅਤੇ ਆਹ ਸਾਰੇ ਟਰੱਕ ਪਾਰਕ ਹੋਏ, ਅਤੇ ਹੁਣ 80 ਕਿਲੋਮੀਟਰ ਰਹਿ ਗਿਆ, ਹੁਣ 1 ਘੰਟਾ ਨੌਨ ਸਟੋਪ, 1.5 ਘੰਟਾ ਸਿੱਧਾ ਸੀਸਗੰਜ ਸਾਹਿਬ ਜਾ ਕੇ ਸਟੋਪ ਮਾਰਾਂਗੇ। ਚਲੋ ਨਿਕਲਦੇ, ਓਕੇ ਜੀ।
ਗਏ ਜੀ ਆਪਾਂ ਗੁਰਦੁਆਰਾ ਬੰਗਲਾ ਸਾਹਿਬ ਪਾਰਕਿੰਗ 'ਚ। ਦਿੱਲੀ ਸ਼ਹਿਰ 'ਚ ਘੰਟਾ ਲੱਗ ਗਿਆ। ਜਿੰਨਾ ਟਾਈਮ ਫਰੀਦਾਬਾਦ ਤੋਂ ਨਹੀਂ ਲੱਗਾ ਉਨਾ ਦਿੱਲੀ 'ਚ ਹੀ ਲੱਗ ਗਿਆ। ਹੁਣ ਜਾ ਕੇ ਆਸਣ ਲੈਣਾ, ਆਸਣ ਲੈਂਦੇ ਚੱਲਦੇ। ਆਹ ਕਮਰਾ ਮਿਲ ਗਿਆ, ਮੇਰਾ ਬੈਗ ਹੈ ਜੀ ਮੋਟਰਸਾਈਕਲ 'ਤੇ ਟੰਗਿਆ। ਠੀਕ ਹੈ ਜਾਣਾ, ਏ ਸੀ ਚਾਹੀਦਾ ਸੀ, ਹੁਣ ਲੈਣਾ ਸੁੱਖ। ਏ ਸੀ ਚਾਹੀਦਾ ਸੀ, ਏ ਸੀ ਕਰਤਾ। ਹੁਣ ਮੈਂ ਜਾ ਕੇ ਬੈਗ ਲੈ ਕੇ ਆਉਂਦਾ, ਬੈਗ ਲੈ ਕੇ ਫਿਰ ਸਨਾਨ ਪਾਣ ਸੋਧਾਂਗੇ, ਫਿਰ ਤਰਨਜੀਤ ਸਿੰਘ ਘਰ ਜਾਣਾ। ਬਾਕੀ ਦੇਖਦੇ ਅੱਗੇ ਦਾ ਪਲੈਨ ਕੀ ਬਣਦਾ ਅੱਜ। ਹਾਂਜੀ, ਆਹ ਖਿਲਾਰਾ ਪਿਆ ਆਪਣਾ, ਕੱਲ੍ਹ ਸਵੈਟਰਾਂ ਪੈਣਾ ਜਾਣ ਲੱਗੇ। ਆਪਾਂ ਹੋ ਗਏ ਤਿਆਰ, ਆਪਾਂ ਚੱਲੇ ਸੀ ਤਰਨ ਸਿੰਘ ਵੱਲ, ਉਹਨਾਂ ਨੂੰ ਦਰਸ਼ਨ ਮੇਲੇ ਕਰਾਂਗੇ। ਅਤੇ ਮੇਰਾ ਸ਼ਾਇਦ ਇਸ ਤਰ੍ਹਾਂ ਨੂੰ ਗੁਰਮਤਾ, ਮੈਂ ਕੱਲ੍ਹ ਇੱਥੇ ਰੁਕੂੰਗਾ ਇੱਕ ਦਿਨ ਹੋਰ, ਕੱਲ੍ਹ ਇੱਕ ਦਿਨ ਹੋਰ ਰੁਕ ਕੇ ਕੱਲ੍ਹ ਅਤੇ ਫਿਰ ਪਰਸੋਂ ਨੂੰ ਚਾਲਾਂ ਮਾਰਾਂਗੇ। ਕੱਲ੍ਹ ਰੁਕ ਕੇ ਪਰਸੋਂ ਚਾਲਾਂ, ਅਤੇ ਕੱਲ੍ਹ ਮੋਟਰਸਾਈਕਲ ਦਾ ਥੋੜ੍ਹਾ ਜਿਹਾ ਕੰਮ। ਡਿਸਕ 'ਚ ਨਾ ਇੱਕ ਆਵਾਜ਼ ਆ ਰਹੀ ਹੈ ਪਹਿਲੇ ਦਿਨ ਤੋਂ, ਪਿਛਲੀ ਡਿਸਕ ਦੇ ਵਿੱਚੋਂ, ਅਤੇ ਫਸਟ ਡੇ ਤੋਂ ਆਵਾਜ਼ ਆ ਰਹੀ। ਉਦੋਂ ਕੰਪਨੀਆਂ ਵਾਲੇ ਕਹਿੰਦੇ ਸੀ ਨਹੀਂ ਜੀ, ਜਦੋਂ 100 ਕਿਲੋਮੀਟਰ ਤੁਰ ਪਈ ਆਪੇ ਆਵਾਜ਼ ਸੈੱਟ ਹੋ ਜਾਣੀ ਆ, ਅਤੇ 1800 ਤੁਰ ਗਈ, ਆਵਾਜ਼ ਹੀ ਨਹੀਂ ਹੋਈ। ਅਤੇ ਹੁਣ ਰੋਇਲ ਐਨਫੀਲਡ ਵਾਲਿਆਂ ਕੋਲ, ਇੱਥੇ ਜਦੋਂ ਭੀੜ ਹੋਈ ਤਾਂ ਫਿਰ ਹਰਿਦੁਆਰ ਜਾਂ ਉੱਥੇ ਰਾਹ 'ਚ ਕਿੱਥੇ ਰੋਇਲ ਐਨਫੀਲਡ ਵਾਲਿਆਂ ਕੋਲ ਜਾ ਕੇ ਉਹਨਾਂ ਨੂੰ ਦਿਖਾਊਂਗਾ, ਅਤੇ ਉਹ ਜੀ ਮਾੜੀ ਜੀ ਸੈਟਿੰਗ ਕਰਾਵਾਂਗੇ। ਅਤੇ ਇੱਕ ਦੋ ਮੈਂ ਥੋੜ੍ਹੀਆਂ ਇੱਕ ਦੋ ਸਮਾਨ ਲੈਣਾ ਸੀ, ਉਹ ਲੈ ਗਏ, ਅਤੇ ਫਿਰ ਚਾਲਾਂ ਮਾਰ ਦਾਂਗੇ, ਪਰਸੋਂ ਮਾਰਾਂਗੇ। ਕੱਲ੍ਹ ਨਹੀਂ, ਕੱਲ੍ਹ ਰੁਕਾਂਗੇ ਅਤੇ ਕੱਲ੍ਹ ਸੁੱਖ ਲਵਾਂਗੇ, ਪਰਸੋਂ ਚਾਲਾਂ ਮਾਰਾਂਗੇ। ਪਰਸੋਂ ਸਿੱਧਾ ਰਿਸ਼ੀਕੇਸ਼, ਰਿਸ਼ੀਕੇਸ਼ ਤੋਂ ਸਟੋਪ ਕਰਕੇ ਅਗਲੇ ਦਿਨ ਸਿੱਧਾ ਹੇਮਕੁੰਟ ਸਾਹਿਬ ਨੂੰ ਚਾਲਾਂ ਮਾਰਾਂਗੇ। ਅਤੇ ਬਾਕੀ ਠੀਕ ਆ, ਜਿਵੇਂ ਜਿਵੇਂ ਹੁੰਦੀ ਹੈ ਤੁਹਾਨੂੰ ਦੱਸਾਂਗੇ। ਓਕੇ ਜੀ।